ਸਰਬਜੀਤ ਖਾਲਸਾ ਟੌਪ ਤੇ ਜਾਊਗਾ। ਰਵਾਇਤੀ ਪਾਰਟੀਆਂ ਦੀ ਚੀਕ ਕਢਾ ਛੱਡੀ ਆ ਬਾਈ, ਬੂਥ ਖਾਲੀ ਹੋਏ ਪਏ ਆ। ਆਹ ਹਾਲਾਤ ਨਹੀਂ ਹੁੰਦੇ ਗੇ ਕਦੇ ਵੀ, ਕਈ ਤਾਂ ਬੂਥ ਆਪਦੇ ਦੂਜੇ ਪਾਸੇ ਵੀ ਜਾ ਵੜੇ, ਉੱਥੇ ਹੀ ਬਹਿ ਕੇ ਜਾ ਕੇ ਚਲੋ ਆਪਾਂ ਹੀ ਬਹਿ ਜਾਂਦੇ ਹਾਂ। ਚਾਰ ਵਰਸੀ ਸਰਦਾਰ ਜਿਹੜਾ ਉਹ ਨਰੇਟਿਵ ਸਿਰਜਿਆ ਗਿਆ ਨਾ ਬਾਈ, ਵੀ ਇਹ ਕਿਹਾ ਗਿਆ ਵੀ ਯਾਰ ਇਹਨਾਂ ਦਾ ਕੋਈ ਸਾਥ ਨਹੀਂ ਦਿੰਦਾ ਤੇ ਨਚਾਰਾਂ ਦੇ ਨਾਲ ਆ ਕੇ ਕਲਾਕਾਰ ਖੜ ਗਏ, ਉਹ ਚੀਜ਼ ਨੇ ਬਹੁਤ ਵੱਡੀ ਡੂੰਘੀ ਡੈਂਟ ਪਾਇਆ, ਉਸ ਚੀਜ਼ ਦਾ ਬਹੁਤ ਪ੍ਰਭਾਵ ਪਿਆ। ਅਮਰਜੀਤ ਸਾਹੋ ਕੇ ਦੀ ਗੱਲ ਕਰ ਲਓ ਤਾਂ ਉਹ ਜਮਾਂ ਹੀ ਡਾਊਨ ਨੇ, ਕਈ ਪਿੰਡ ਗਿੱਦੜਵਾ ਹਲਕੇ ਦੇ ਵੀ ਇਹੋ ਜਿਹੇ ਆ ਜਿਨ੍ਹਾਂ 'ਚ ਉਹ ਪ੍ਰਚਾਰ ਕਰਨ ਤੱਕ ਪਹੁੰਚੇ ਨਹੀਂ ਗੇ, ਵੀ ਪਹੁੰਚ ਹੀ ਨਹੀਂ ਹੋਈ। ਬੀਜੇਪੀ ਵਾਲਿਆਂ ਦਾ ਪੋਜ਼ਿਟਿਵ ਪੁਆਇੰਟ ਇੱਕ ਰਿਹਾ, ਬੂਥ ਲਾਉਣ ਦੇ ਵਿੱਚ ਕਾਮਯਾਬ ਹੋਏ ਆ ਪਿੰਡਾਂ ਦੇ ਵਿੱਚ, ਜਿੱਥੇ ਕਿਸਾਨ ਭਰਾਵਾਂ ਤੋਂ ਕਿਹਾ ਜਾ ਰਿਹਾ ਸੀ ਅਸੀਂ ਵੋਟ ਨਹੀਂ ਪੈਣ ਦੇਣੀ, ਪਿੰਡ 'ਚ ਨਹੀਂ ਵੜਨ ਦੇਣੀ, ਉਹਨਾਂ ਨੇ ਆਪਦਾ ਬੇਸ ਬਣਾ ਲਿਆ। ਕੀ ਮਾਹੌਲ ਹੈਗਾ ਖਾਸ ਕਰਕੇ ਜਿਹੜਾ ਫਰੀਦਕੋਟ ਲੋਕ ਸਭਾ ਹਲਕੇ 'ਚ ਪੈਂਦਾ ਹੈ, ਗਿੱਦੜਵਾ ਵਿਧਾਨ ਸਭਾ ਹਲਕਾ, ਗਿੱਦੜਵੇ ਦਾ ਕੀ ਹਾਲ ਹੈ? ਮੈਨੂੰ ਲੱਗਦਾ ਵੀ ਜਿਹੜਾ ਗਿੱਦੜਵੇ ਦਾ ਇਸ ਵਾਰੀ ਦਾ ਰੁਝਾਨ ਹੈ ਕਿਤੇ ਨਾ ਕਿਤੇ ਸਰਬਜੀਤ ਖਾਲਸੇ ਦੇ ਵੱਲੋਂ, ਜਿਹੜੀਆਂ ਮੌਜੂਦਾ ਰਵਾਇਤੀ ਪਾਰਟੀਆਂ ਅਕਾਲੀ ਦਲ ਹੈ ਕਾਂਗਰਸ ਹੈ, ਖੋਰਾ ਵੱਡੇ ਪੱਧਰ 'ਤੇ ਲਾਇਆ ਬਾਈ ਉਹਨੇ। ਹਾਂ ਇਹ ਮੰਨਣਾ ਪਊਗਾ, ਅਕਾਲੀ ਦਲ ਨੂੰ ਵੱਡੇ ਪੱਧਰ 'ਤੇ ਖੋਰਾ ਲੱਗਿਆ, ਆਪ ਨੂੰ ਵੱਡੇ ਪੱਧਰ 'ਤੇ ਖੋਰਾ ਲੱਗਿਆ, ਕਾਂਗਰਸ ਨੂੰ ਵੀ ਲੱਗਿਆ ਕਿਤੇ ਕਿਤੇ। ਸਭ ਤੋਂ ਵੱਧ ਖੋਰਾ ਮੈਨੂੰ ਐਂ ਲੱਗਦਾ ਜਿਵੇਂ ਕਾਂਗਰਸ ਅਕਾਲੀ ਦਲ ਨੂੰ ਲੱਗਿਆ ਹੋਵੇ, ਤਾਂ ਕਿਉਂਕਿ ਤੁਸੀਂ ਦੇਖੋਗੇ ਜਿੰਨੇ ਬੂਥ ਆ ਪਾਰਟੀ ਬਾਈ ਤੋਂ ਇੱਕੋ ਕੇ ਜਿਹੜੇ ਸਰਬਜੀਤ ਖਾਲਸੇ ਦੇ ਲੱਗੇ ਹੋਏ ਨੇ, ਉਹਦੇ 'ਚ ਜ਼ਿਆਦਾਤਰ ਗਿਣਤੀ ਹੈ ਜਿਹੜੀ ਅਕਾਲੀ ਕਾਂਗਰਸੀਆਂ ਦੀ ਹੋਊਗੀ। ਤਾਂ ਕਿਤੇ ਕਿਤੇ ਕਿਉਂ ਬਦਲੀ ਰਾਜਨੀਤੀ, ਕਿਉਂ ਬਦਲੀ? ਸਰਬਜੀਤ ਸਿੰਘ ਤਾਂ ਇੰਨਾ ਕੋਈ ਸਿਆਸੀ ਤੌਰ 'ਤੇ ਵੀ ਕਹਿੰਦੇ ਵੀ ਮਚਿਓਰ ਨਹੀਂ ਹੈਗੇ, ਵੀ ਉਹਨਾਂ ਨੂੰ ਸਮਝ ਨਹੀਂ ਸਿਆਸੀ, ਨਾ ਕਹਿੰਦੇ ਭਾਈ ਉਹਨਾਂ ਦੇ ਬੰਦੇ ਮਗਰ ਹੈ, ਨਾ ਕੋਈ ਉਹਨਾਂ ਕੋਲ ਜ਼ਿਆਦਾ ਪੈਸਾ, ਕਿਉਂ ਇਹ ਬਦਲਿਆ ਮਾਹੌਲ? ਜਿਹੜਾ ਮਾਹੌਲ ਹੈ ਬਈ ਥੋੜ੍ਹੇ ਦਿਨਾਂ ਦੇ ਵਿੱਚ ਬਦਲਿਆ, 10-11 ਦੇ ਵਿੱਚ ਜਿਹੜਾ ਮਾਹੌਲ ਬਦਲ ਗਿਆ। ਕਾਰਨ ਕੀ ਹੋਇਆ? ਅਤੇ ਇੱਕ ਤਰ੍ਹਾਂ ਦੀ ਜਿਹੜੀ ਸਹਿਮਤੀ ਹੁੰਦੀ ਨਾ, ਸਹਿਮਤੀ ਵੋਟ ਆ ਜਿਹੜੀ ਉਹ ਪਈ ਹੈ, ਲਗਾਤਾਰ ਕਰਮਜੀਤ ਅਨਮੋਲ ਆ ਜਿਹੜੇ ਉਹ ਗਾਇਕ ਲਿਆ ਰਿਹਾ ਸੀ, ਵੱਡੇ ਵੱਡੇ ਗਾਇਕ ਲਿਆ ਰਿਹਾ ਸੀ, ਉਹ ਦਿਖਾ ਰਿਹਾ ਸੀ ਵੀ ਗਾਇਕ ਆ ਜਿਹੜੇ, ਠੀਕ ਹੈ, ਉਹ ਜਿਵੇਂ ਨਿੰਜਾ ਹੋ ਗਿਆ, ਜੱਸੀ ਗਿੱਲ ਹੋ ਗਿਆ, ਅਮ੍ਰਿਤ ਮਾਨ ਹੋ ਗਿਆ, ਤਾਂ ਗਿਣੋ ਇਹ ਕਿਹੜੇ ਕਿਹੜੇ ਗਿਣ ਲੋਕ ਯਾਰ ਜਿਹੜੇ ਉਹਨਾਂ ਦੀ ਸਪੋਰਟ 'ਚ ਆ ਗਏ। ਪਰ ਉੱਥੇ ਇੱਕ ਕਨਸੈਪਟ ਨੇ ਕੰਮ ਕੀਤਾ, ਉੱਥੇ ਉਹਨਾਂ ਨੇ ਇਹ ਗੱਲ ਕਹੀ, ਹਾਲਾਂਕਿ ਆਪਾਂ ਨੂੰ ਕਹਿਣੀ ਨਹੀਂ ਚਾਹੀਦੀ, ਨਚਾਰ ਵਰਸੀ ਸਰਦਾਰ ਜਿਹੜਾ ਉਹ ਨਰੇਟਿਵ ਸਿਰਜਿਆ ਗਿਆ ਨਾ ਬਾਈ, ਵੀ ਇਹ ਕਿਹਾ ਗਿਆ ਵੀ ਯਾਰ ਇਹਨਾਂ ਦਾ ਕੋਈ ਸਾਥ ਨਹੀਂ ਦਿੰਦਾ ਅਤੇ ਨਚਾਰਾਂ ਦੇ ਨਾਲ ਆ ਕੇ ਕਲਾਕਾਰ ਖੜ ਗਏ, ਉਹ ਚੀਜ਼ ਨੇ ਬਹੁਤ ਵੱਡੀ ਡੂੰਘੀ ਡੈਂਟ ਪਾਇਆ, ਉਸ ਚੀਜ਼ ਦਾ ਬਹੁਤ ਪ੍ਰਭਾਵ ਪਿਆ। ਲਗਾਤਾਰ ਇੱਕ ਸੋਸ਼ਲ ਮੀਡੀਆ ਦੀ ਕਹਿ ਲਓ ਵੀ ਉਹ ਜਿਹੜੀਆਂ ਸੀਗੀਆਂ ਸਰਬਜੀਤ ਖਾਲਸਾ, ਉਹਨਾਂ ਦਾ ਪ੍ਰਚਾਰ ਆ ਜਿਹੜਾ ਉਹ ਗਿਆ, ਵੀ ਉਹਨਾਂ ਨੇ ਜਿਹੜਾ ਕੌਮ ਵਾਸਤੇ ਕੀ ਕੀਤਾ, ਹੈ ਨਾ, ਕਿਸ ਤਰੀਕੇ ਦੇ ਨਾਲ ਉਹ ਪਰਿਵਾਰ ਨੇ ਆਪਦਾ ਜਿਹੜਾ ਉਹ ਪਿੰਡੇ 'ਤੇ ਸਾਰੀ ਗੱਲਬਾਤ ਹੰਢਾਈ ਆ, ਉਸ ਨੂੰ ਲੈ ਕੇ ਜਿਹੜਾ ਉਹ ਸਹਿਮਤੀ ਵੋਟ ਹੈ ਉਹ ਸਰਬਜੀਤ ਖਾਲਸੇ ਦੇ ਹੱਕ 'ਚ ਗਈ ਹੈ। ਲੋਕ ਆਪ ਮਾਰੇ ਪਿੰਡਾਂ ਦੇ ਵਿੱਚ ਤੁਰੇ ਆ ਬਈ, ਕੋਈ ਫੰਡ ਨਹੀਂ ਸੀਗਾ ਕਿਸੇ ਕੋਲ, ਆਪਦੇ ਤੌਰ 'ਤੇ ਪਿੰਡਾਂ 'ਚੋਂ ਫੰਡ ਇਕੱਠਾ ਕੀਤਾ ਸਾਰਿਆਂ ਨੇ, ਰਾਤੋਂ ਰਾਤ ਪੋਸਟਰ ਲੱਗ ਗਏ ਬਈ, ਰਾਤੋਂ ਰਾਤ ਝੰਡੇ ਆ ਗਏ, ਐਂ ਪਤਾ ਨਹੀਂ ਲੱਗਿਆ ਕਿਹੜੇ ਪਾਸੇ ਹਨੇਰੀ ਆਈ ਜਾਂਦੀ ਹੈ। ਮਾਹੌਲ ਇਸ ਤਰ੍ਹਾਂ ਦਾ ਹੈਗਾ, ਜਿੱਤ ਹਾਰ ਦਾ ਆਪਾਂ ਕਹਿ ਨਹੀਂ ਸਕਦੇ ਵੀ ਕੌਣ ਜਿੱਤੂਗਾ ਕੌਣ ਨਹੀਂ, ਪਰ ਇੱਕ ਵਾਰੀ ਜਿਹੜਾ ਰਵਾਇਤੀ ਪਾਰਟੀਆਂ ਨੇ ਚਰਚਾ ਇਕੱਲੀ ਨਹੀਂ, ਰਵਾਇਤੀ ਪਾਰਟੀਆਂ ਦੀ ਚੀਕ ਕਢਾ ਛੱਡੀ ਆ ਬਾਈ, ਬੂਥ ਖਾਲੀ ਹੋਏ ਪਏ ਆ। ਆਹ ਹਾਲਾਤ ਨਹੀਂ ਹੁੰਦੇ ਗੇ ਕਦੇ ਵੀ, ਇਹ ਹਾਲਾਤ ਹੋਏ ਪਏ ਆ, ਬੂਥ ਖਾਲੀ ਹੋਏ ਪਏ ਨੇ। ਇੱਥੋਂ ਤੱਕ ਗੱਲ ਹਾਸੇ ਵਾਲੀ ਇਹ ਆ, ਕਈ ਤਾਂ ਬੂਥ ਆਪਦੇ ਦੂਜੇ ਪਾਸੇ ਵੀ ਜਾ ਵੜੇ, ਉੱਥੇ ਹੀ ਬਹਿ ਕੇ ਜਾ ਕੇ ਚਲੋ ਆਪਾਂ ਹੀ ਬਹਿ ਜਾਂਦੇ ਹਾਂ। ਆਹ ਹਾਲਾਤ ਵੀ ਹੈਗੇ ਆ, ਇਕੱਲੇ ਇੱਕ ਦੋ ਬੰਦੇ ਛੱਡ ਕੇ ਦੂਜਾ ਉੱਧਰ ਬਹਿ ਕੇ ਵੱਡੇ ਲੀਡਰ ਯਾਰ ਸ਼ਰਮ ਜੀ ਮਹਿਸੂਸ ਕਰਦੇ ਆ, ਹੈ ਨਾ, ਵੀ ਆਹ ਕੀ ਹੋ ਗਿਆ। ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਸਰਬਜੀਤ ਖਾਲਸੇ ਦੀ ਆਪਾਂ ਸਪੋਰਟ ਕਰਦੇ ਹਾਂ ਜਾਂ, ਹੈ ਨਾ, ਇੱਕ ਜੈਨੂਇਨ ਤੌਰ 'ਤੇ ਜਿਹੜੀ ਰਿਪੋਰਟ ਮੈਨੂੰ ਲੱਗਦੀ ਆ ਵੀ ਜਿਹੜੀ ਗਿੱਦੜਵੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ, ਸ਼ਹਿਰ ਦਾ ਨਹੀਂ ਆਪਾਂ ਕਹਿ ਸਕਦੇ ਹਾਲੇ,
ਪਿੰਡਾਂ ਦੇ ਵਿੱਚ ਸਰਬਜੀਤ ਖਾਲਸਾ ਟੌਪ 'ਤੇ ਜਾਊਗਾ। ਅੱਛਾ, ਸਾਰੀਆਂ ਪਾਰਟੀਆਂ ਨੂੰ ਤਕਰੀਬਨ ਬਹੁਤ ਜ਼ਿਆਦਾ ਡੈਂਟ ਪਾਇਆ ਬਈ ਉਹਨੇ, ਤਾਂ ਕਈ ਪਿੰਡਾਂ 'ਚ ਤਾਂ ਇਹ ਹੋਇਆ ਵੀ ਮੰਨ ਲਓ 50% ਤੋਂ ਵੱਧ ਜਿਹੜੀ ਵੋਟ ਹੈਗੀ ਆ, ਮੰਨ ਲਓ ਜੇ ਟੋਟਲ ਪੋਲ ਹੁੰਦੀ ਆ ਵੋਟ 55% ਹੁੰਦੀ ਹੈ ਨਾ, ਆਪਾਂ ਉਹਦਾ 50% ਕਰ ਲਈਏ ਤਾਂ 50% ਵੋਟ ਉਹ ਲੈ ਕੇ ਜਾ ਰਿਹਾ ਕਿਤੇ ਨਾ ਕਿਤੇ। ਤਾਂ ਤੁਸੀਂ ਕੌਣੀ ਪਿੰਡ ਲੈ ਲਓ, ਨਾਲ ਪਿੰਡ ਆ ਕੌਣੀ, ਕੌਣੀ ਦੀ ਵੋਟ ਮਤਲਬ 6000+ ਹੈ, 6500 ਵੋਟ ਆ ਬਾਈ। ਇੱਥੇ ਜਿਹੜੀ ਅਸੀਂ ਇੱਥੇ ਹਾਲਾਤ ਵੇਖ ਕੇ ਆਏ ਹਾਂ, ਪੁੱਛ ਪੜਤਾਲ ਕਰਕੇ ਆਏ ਹਾਂ, ਤਾਂ ਉੱਥੇ ਲੱਗਦਾ ਵੀ 3000+ ਵੋਟ ਉਹ ਲੈ ਜੂ ਉੱਥੋਂ। ਠੀਕ ਆ, ਆਹ ਦੋਦਾ ਨਗਰ ਹੈ, 12000 ਵੋਟ ਆ ਇੱਥੋਂ ਦੀ ਟੋਟਲ, ਤਾਂ ਤਕਰੀਬਨ ਮੈਨੂੰ ਲੱਗਦਾ 4000 ਵੋਟ ਪੋਲ ਹੋਈ ਆ ਹਾਲੇ ਤੱਕ, 5500 ਪੋਲ ਹੋਣ ਦੀ ਵੀ ਉਮੀਦ ਹੈ ਵੀ ਹੋ ਜੂਗੀ ਪੋਲ, 5500-6000 ਦੇ ਮੰਨ ਲਓ ਆਸੇ ਪਾਸੇ ਪੋਲ ਹੁੰਦੀ ਆ, ਤਾਂ ਇਸ ਨਗਰ 'ਚੋਂ ਵੀ ਚੰਗੀ ਵੋਟ ਆ ਜਿਹੜਾ ਖਾਲਸਾ ਲੈ ਜੂਗਾ। ਤਾਂ ਦੂਜੇ ਪਾਸੇ ਛੋਟੇ ਪਿੰਡ ਲਾ ਲਓ, ਮਣੀਆਂ ਵਾਲਾ ਲਾ ਲਓ, ਹੈ ਨਾ, ਤਾਂ ਜਾਂ ਸਵਾਗ ਪਿੰਡ ਲਾ ਲਓ, ਇਹਨਾਂ ਪਿੰਡਾਂ 'ਚ ਵਧੀਆ ਰਿਸਪੋਂਸ ਹੈ ਜਿਹੜਾ ਆਪਾਂ ਦੇਖਿਆ, ਜੈਨੂਅਨ ਗੱਲ ਹੈ ਜਿਹੜੀ, ਹੈ ਨਾ, ਲੋਕਾਂ ਨਾਲ ਗੱਲਬਾਤ ਕੀਤੀ ਆ, ਬੂਥ 'ਤੇ ਗਏ ਹਾਂ, ਤਾਂ ਉੱਥੋਂ ਕਿਤੇ ਨਾ ਕਿਤੇ ਲੱਗਦਾ ਵੀ ਸਰਬਜੀਤ ਖਾਲਸਾ ਉਹ ਸੀਟ ਇੱਥੋਂ ਲੈ ਕੇ ਜਾਣਗੇ ਲੱਗਦਾ। ਜਿਹੜੀਆਂ ਪਾਰਟੀਆਂ ਦੇ ਪ੍ਰਧਾਨ ਆ, ਸੁਖਬੀਰ ਸਿੰਘ ਬਾਦਲ ਜਾਂ ਹੋਰ ਪਾਰਟੀਆਂ ਹੈਗੀਆਂ, ਉਹਨਾਂ ਦੇ ਵੱਡੇ ਲੀਡਰ ਹੈ, ਉਹ ਕਰਦੇ ਆ ਵੀ ਅਸੀਂ ਆਹ ਚੀਜ਼ ਕਰਾਂਗੇ, ਆ ਕੀ ਲੋਕਾਂ ਨੂੰ ਉਹਨਾਂ ਦੀ ਗੱਲਾਂ 'ਤੇ ਵਿਸ਼ਵਾਸ ਨਹੀਂ ਰਿਹਾ, ਉਹਨਾਂ ਲੋਕਾਂ ਨੇ ਕੰਮ ਨਹੀਂ ਕੀਤੇ, ਤਾਂ ਕਰਕੇ ਜਿਵੇਂ ਇਸ ਤਰ੍ਹਾਂ ਦੇ ਆਜ਼ਾਦ ਬੰਦੇ ਆਉਂਦੇ ਆ ਲੋਕ ਉੱਧਰ ਨੂੰ ਝੁਕਾ ਕਰ ਰਹੇ ਆ, ਕਹਾਣੀ ਇਹ ਹੈ। ਆ ਨਹੀਂ, ਦੋ ਚੀਜ਼ਾਂ ਬਾਈ ਤੁਸੀਂ ਦੇਖੋਗੇ, ਜਿਹੜਾ ਇੱਕ ਨਰੇਟਿਵ ਸਿਰਜਿਆ ਜਾਂਦਾ ਨਾ, ਉਹ ਨਰੇਟਿਵ ਨੂੰ ਤੋੜਨ ਦੇ ਲਈ ਲੋਕ ਇਕੱਠੇ ਹੁੰਦੇ ਆ। ਜਦੋਂ ਤੁਸੀਂ ਕਿਸ ਤਰ੍ਹਾਂ ਦਾ ਵੀ ਕਰਦੇ ਹੋ, ਆਮ ਆਦਮੀ ਪਾਰਟੀ ਆਈ, ਬਦਲਾਅ ਨੂੰ ਲੈ ਕੇ ਆਈ ਸੀ, ਆਮ ਆਦਮੀ ਪਾਰਟੀ ਨੇ ਕਿਹਾ ਵੀ ਅਸੀਂ ਜਿਹੜਾ ਉਹਨਾਂ ਨੇ ਹੁਣ ਤੱਕ ਕੰਮ ਕੀਤਾ ਉਹ ਨਹੀਂ ਕਰਾਂਗੇ। ਕਿਤੇ ਨਾ ਕਿਤੇ ਸੀਐਮ ਮਾਨ ਸਾਹਿਬ ਨੇ, ਤੁਸੀਂ ਦੇਖ ਲਓ ਜਦੋਂ ਚੱਲਦੇ ਉਹਨਾਂ ਦੇ ਨਾਲ ਕੋਈ ਸਿਕਿਉਰਿਟੀ ਗਾਰਡ ਨਹੀਂ ਹੁੰਦਾ, ਐਂ ਇਕੱਲੇ ਕਹਿ ਰਹੇ ਜਾਂਦੇ ਆ। ਠੀਕ ਆ, ਸੀਐਮ ਮਾਨ ਦੀ ਗੱਲ ਕਰਦੇ ਆ ਆਪਾਂ, ਭਗਵੰਤ ਮਾਨ ਦੀ, ਵੀ ਉਹ ਇਕੱਲੇ ਕਹਿ ਰਹੇ ਚੱਲਦੇ ਆ, ਸਿਕਿਉਰਿਟੀ ਤਾਂ ਜਮ੍ਹਾਂ ਹੀ ਨਹੀਂ ਹੁੰਦੀ ਗੀ। ਠੀਕ ਆ, ਲੋਕ ਤੰਗ ਪਰੇਸ਼ਾਨ ਨਹੀਂ ਹੁੰਦੇ ਗੇ, ਜਦੋਂ ਰੋਡ ਸ਼ੋਅ ਕੱਢਦੇ ਆ ਸਾਰਾ ਕੁਛ ਆ ਜਿਹੜਾ ਖੁੱਲ੍ਹਾ ਛੱਡ ਦਿੱਤਾ ਜਾਂਦਾ, ਇੱਧਰੋਂ ਵੀ ਮੇਰੇ ਵਰਗਾ ਟੱਪ ਜੇ, ਇੱਧਰੋਂ ਵੀ ਟੱਪ ਜੇ, ਹੈ ਨਾ, ਕੋਈ ਪ੍ਰੋਬਲਮ ਲੋਕਾਂ ਨੂੰ ਆਉਂਦੀ ਨਹੀਂ, ਦੁਕਾਨਦਾਰ ਵਧੀਆ ਸੌਦਾ ਵੇਚਦੇ ਆ ਉਦੋਂ 5-6 ਘੰਟੇ। ਠੀਕ ਆ, ਉਹ ਮਾਹੌਲ ਆ ਜਿਹੜਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਆ। ਫਿਰ ਕਿਸੇ ਖੰਭੇ 'ਤੇ ਲਾ ਲਓ, ਕਿਸੇ ਵਹੀਕਲ 'ਤੇ ਲਾ ਲਓ, ਹੈ ਨਾ, ਕੋਈ ਇਸ਼ਤਿਹਾਰ ਹੀ ਹੈ ਨਹੀਂ, ਦੇਖਿਆ ਸਾਡੇ ਤੁਸੀਂ, ਨਹੀਂ ਮਿਲਦਾ ਨਾ ਇਸ਼ਤਿਹਾਰ ਉਹਨਾਂ ਦਾ, ਉਹ ਕਹਿੰਦੇ ਸਾਡਾ ਕੰਮ ਬੋਲਦਾ, ਸਾਡੇ ਇਸ਼ਤਿਹਾਰ ਤਾਂ ਬੋਲਦੇ ਹੀ ਨਹੀਂ ਬਾਈ, ਐਵੇਂ ਆਖੀ ਜਾਂਦੇ ਆ, ਹੈ ਨਾ, ਮੀਡੀਆ ਵਾਲੇ ਵੀ ਇਹ ਥਾਂ ਥਾਂ 'ਤੇ ਇਸ਼ਤਿਹਾਰ ਲਾਈ ਜਾਂਦੇ ਆ, ਸਾਡਾ ਕੰਮ ਬੋਲਦਾ, ਕੰਮ ਬੜਾ ਬੋਲੀ ਜਾਂਦਾ ਬਈ, ਦੇਖ ਲਓ ਹੈ ਨਾ ਤੁਸੀਂ, ਆਹ ਜਿਹੜੇ ਮੁੰਡੇ ਮੰਨ ਲਓ ਨਸ਼ਿਆਂ ਦੀ ਛਡਾਉਣ ਦੀ ਗੱਲ ਕਰਦੇ ਸੀਗੇ, ਅੰਮ੍ਰਿਤਪਾਲ ਲੜ ਗਏ, ਉਹਨਾਂ 'ਤੇ NSA ਲਾਈ ਗਈ, ਕਿਤੇ ਨਾ ਕਿਤੇ ਉਹ ਚੀਜ਼ ਨੇ ਬਹੁਤ ਵੱਡਾ ਡੈਂਟ ਪਾਇਆ ਲੋਕਾਂ ਦੀ, ਤੁਸੀਂ ਆਵਾਜ਼ ਬੰਦ ਕਰ ਸਕਦੇ ਹੋ। ਜਿਹੜੀ ਮੇਨ ਤਾਕਤ ਆ ਲੋਕਾਂ ਦੇ ਕੋਲ, ਕਿਤੇ ਨਾ ਕਿਤੇ ਤਾਂ ਉਹਨਾਂ ਕੋਲ ਹੈਗੀ ਹੈ ਨਾ ਬਈ, ਉਹ ਵੀ ਚੀਕ ਕਦੇ ਤਾਂ ਕਦੇ ਮਰਾਉਣਗੇ ਨਾ, ਜੇ ਤੁਸੀਂ ਮੈਨੂੰ ਘਰੇ ਤਾੜ ਲਓਗੇ, ਤਾੜੀ ਰੱਖੋ, ਕਿੰਨੇ ਕੁ ਦਿਨ ਤਾੜੀ ਰੱਖੋਗੇ, ਜਿੱਦੇ ਮੇਰੇ ਕੋਲ ਉਹ ਪਾਵਰ ਵਰਤਣ ਦਾ ਆ ਗਿਆ, ਸਮਾਂ ਆ ਗਿਆ, ਮੈਂ ਤਾਂ ਵਰਤੂੰਗਾ ਹੀ ਨਾ, ਉਹ ਗੱਲ ਕਿਤੇ ਨਾ ਕਿਤੇ ਉਸ ਚੀਜ਼ ਨੇ ਬਹੁਤ ਪਾਇਆ। ਖਾਸ ਕਰਕੇ ਇਹ ਕਿਹਾ ਗਿਆ ਵੀ ਜਿਸ ਤਰੀਕੇ ਦੇ ਨਾਲ ਵੀ ਉਹ ਇਸ ਤਰ੍ਹਾਂ ਕਰਦਾ, ਉਹਨੂੰ ਹੈ ਨਾ ਇੱਕ ਕਿਰਦਾਰ ਕੁਸ਼ੀ ਕੀਤੀ ਗਈ, ਉਹ ਕਿਰਦਾਰ ਕੁਸ਼ੀ ਨੇ ਮਾਹੌਲ ਸਿਰਜਿਆ ਬਈ। ਪਹਿਲਾਂ ਖੰਡੂਰ ਸਾਹਿਬ ਦੇ ਵਿੱਚ ਇਹ ਮਾਹੌਲ ਸਾਰਾ ਜਾਂਦਾ, ਉਸ ਤੋਂ ਬਾਅਦ ਕਿਤੇ ਸਰਬਜੀਤ ਖਾਲਸੇ 'ਚ ਹਵਾ ਇਸ ਪਾਸੇ ਨੂੰ ਆਉਂਦੀ ਹੈ। ਸੰਗਰੂਰ ਦੀ ਗੱਲ ਕਰ ਲਈਏ ਤਾਂ ਆਪਾਂ ਉੱਥੇ ਸਿਮਰਜੀਤ ਸਿੰਘ ਮਾਨ ਸੀ, ਪਿਛਲੀ ਵਾਰੀ ਜਿੱਤੇ ਨੇ ਸਿੱਧੂ ਮੂਸੇਵਾਲ ਨੂੰ ਲੈ ਕੇ, ਹੈ ਨਾ, ਵੀ ਉਹ ਜਿਹੜੀ 70 ਵੋਟ ਪਈ, ਜਿਹੜਾ ਉਹ ਮਾਹੌਲ ਸੀ ਉੱਧਰਲਾ, ਤਾਂ ਉਹ ਜਿਹੜੀ ਹਵਾ ਇੱਕਦਮ ਇੱਧਰ ਆਈ ਆ, ਉਹ ਮਾਹੌਲ ਨੇ ਜਿਹੜੇ ਨੇ ਬਦਲਿਆ ਬਈ, ਸਾਰਾ ਕੁਝ ਬਦਲ ਕੇ ਰੱਖਤਾ। ਕਰਮਜੀਤ ਅਨਮੋਲ ਦੀ ਗੱਲ ਸੁਣ ਲਓ, ਜਦੋਂ ਉਹਨੇ 1700 ਥਾਵਾਂ 'ਤੇ
ਆਪਦਾ ਪ੍ਰਚਾਰ ਕੀਤਾ ਬਈ ਪੰਜਾਬ ਆਪਣੇ ਫਰੀਦਕੋਟ ਸੀਟ 'ਚ ਉਹਨੇ ਕੋਸ਼ਿਸ਼ ਕੀਤੀ ਆ ਕੋਈ ਪਿੰਡ ਨਾ ਰਹੇ ਤਾਂ ਕਈ ਪਿੰਡਾਂ ਦੇ ਵਿੱਚ ਤਿੰਨ ਤਿੰਨ ਵਾਰੀ ਉਹ ਆਇਆ ਮੀਟਿੰਗਾਂ ਕੀਤੀਆਂ ਉਹਨੇ ਮਿਹਨਤ ਬਹੁਤ ਕੀਤੀ ਹੈ ਕਰਮਜੀਤ ਅਨਮੋਲ ਨੇ ਪਰ ਜਦੋਂ ਇੱਕਦਮ ਸਰਬਜੀਤ ਖਾਲਸੇ ਕੋਲ ਟਾਈਮ ਨਹੀਂ ਸੀਗਾ ਆਹ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਉਹਦੇ ਕੋਲ ਟਾਈਮ ਨਹੀਂ ਸੀਗਾ ਪਰ ਉਹਨਾਂ ਵੱਲੋਂ ਥੋੜ੍ਹਾ ਗੇੜਾ ਕੱਢਿਆ ਗਿਆ ਮੌਕੇ 'ਤੇ ਲੋਕਾਂ ਵੱਲੋਂ ਸੰਭਾਲਿਆ ਗਿਆ ਚਾਰ ਚਾਰ ਮਿੰਟ ਬੋਲਦੇ ਸੀ ਹੈ ਨਾ ਤਾਂ ਦੂਜੇ ਪਾਸੇ ਜੇ ਆਪਾਂ ਕਰ ਲਈਏ ਗੱਲ ਖਾਲਸੇ ਦੀ ਰਾਜਵਿੰਦਰ ਸਿੰਘ ਖਾਲਸਾ ਅਕਾਲੀ ਦਲ ਉਹਨਾਂ ਨੇ ਮਹਿਜ 700 ਮੀਟਿੰਗਾਂ ਕੀਤੀਆਂ 750 ਦੇ ਕਰੀਬ ਮੀਟਿੰਗਾਂ ਕੀਤੀਆਂ ਉਹਨਾਂ ਨੇ ਤਾਂ ਅਮਰਜੀਤ ਸਾਹੋਕੇ ਦੀ ਗੱਲ ਕਰ ਲਓ ਤਾਂ ਉਹ ਜਮ੍ਹਾਂ ਹੀ ਡਾਊਨ ਨੇ ਕਈ ਪਿੰਡ ਗਿੱਦੜਵਾ ਹਲਕੇ ਦੇ ਵੀ ਇਹੋ ਜਿਹੇ ਆ ਜਿਨ੍ਹਾਂ 'ਚ ਉਹ ਪ੍ਰਚਾਰ ਕਰਨ ਤੱਕ ਪਹੁੰਚੇ ਨਹੀਂ ਗਏ ਵੀ ਪਹੁੰਚ ਹੀ ਨਹੀਂ ਹੋਈ ਜਿਵੇਂ ਜਿੱਤ ਕੇ ਸਦੀਕ ਸਾਹਿਬ 4.5 ਸਾਲਾਂ ਬਾਅਦ ਇਹ ਉਦੋਂ ਆਉਂਦੇ ਆ ਜਦੋਂ ਵੋਟਾਂ ਪੈਂਦੀਆਂ ਸੀ ਇੱਥੇ ਬਲਾਕ ਸੰਮਤੀ ਦੀਆਂ ਉਦੋਂ ਕਹਿਣ ਆਉਂਦੇ ਆ ਇਹ ਅਤੇ ਉਦੋਂ ਪਹਿਲਾਂ ਤਾਂ ਬਾਈ ਉਹਨਾਂ ਨੇ ਕਦੇ ਮੂੰਹ ਹੀ ਨਹੀਂ ਵਿਖਾਇਆ ਸੀਗਾ ਅਤੇ ਇਸ ਤੋਂ ਪਹਿਲਾਂ ਵੀ ਇਹੀ ਹਾਲ ਸੀ ਬੀਜੇਪੀ ਵਾਲਿਆਂ ਨੇ ਕਿੰਨਾ ਕਵਰ ਕਰ ਲਿਆ ਬੀਜੇਪੀ ਵਾਲਿਆਂ ਦਾ ਪੋਜ਼ਿਟਿਵ ਪੁਆਇੰਟ ਇੱਕ ਰਿਹਾ ਬੂਥ ਲਾਉਣ ਦੇ ਵਿੱਚ ਕਾਮਯਾਬ ਹੋਇਆ ਉਹ ਪਿੰਡਾਂ ਦੇ ਵਿੱਚ ਜਿੱਥੇ ਕਿਸਾਨ ਭਰਾਵਾਂ ਤੋਂ ਕਿਹਾ ਜਾ ਰਿਹਾ ਸੀ ਅਸੀਂ ਵੋਟ ਨਹੀਂ ਪੈਣ ਦੇਣੀ ਪਿੰਡ 'ਚ ਨਹੀਂ ਵੜਨ ਦੇਣੀ ਤਾਂ ਉਹਨਾਂ ਨੇ ਬੂਥ ਲਾਉਣ ਦੀ ਕੋਸ਼ਿਸ਼ ਕੀਤੀ ਆ ਦੋਦੇ ਦੇ ਵਿੱਚ ਬੂਥ ਲੱਗਿਆ ਬਾਈ ਠੀਕ ਆ ਨਾਲ ਕੌਣੀ ਪਿੰਡ ਹੈ ਉੱਥੇ ਬੂਥ ਲੱਗਿਆ ਬੂਟਰ ਸ਼੍ਰੀ ਲੱਗਿਆ ਤਾਂ ਲੂੰਡੇ ਵਾਲਾ ਪਿੰਡ ਆ ਉੱਥੇ ਲੱਗਿਆ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਬੂਥ ਲਾਉਣ ਦੇ ਵਿੱਚ ਕਾਮਯਾਬ ਹੋਏ ਆ ਬਾਈ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਦਾ ਬੇਸ ਬਣਾ ਲਿਆ ਉਹਨਾਂ ਨੇ ਜਿਹੜੀ ਗਰੀਬ ਵੋਟ ਸੀਗੀ ਐਸ ਸੀ ਭਾਈਚਾਰਾ ਸੀ ਉਹਨਾਂ 'ਤੇ ਪਕੜ ਬਣਾਈ ਹੈ ਕਿਤੇ ਨਾ ਕਿਤੇ ਬਾਈ ਜਿਹੜਾ ਕਿਸਾਨੀ ਸੰਘਰਸ਼ ਸੀ ਜਾਂ ਇਹ ਵਿਰੋਧ ਕਰ ਰਹੇ ਸੀਗੇ ਉਹਨੇ ਹਾਈਲਾਈਟ ਵੀ ਕੀਤਾ ਲਗਾਤਾਰ ਵਿਰੋਧ ਕਰੀ ਜਾਂਦੇ ਉਹਦਾ ਅਸਲ 'ਚ ਜਿਹੜਾ ਪ੍ਰਭਾਵ ਜਿਹੜਾ ਆਪਾਂ ਹੁਣ ਦੇਖੀਏ ਨਾ ਵੀ ਨਤੀਜਾ ਬਾਅਦ 'ਚ ਵੇਖਣ ਨੂੰ ਮਿਲਦਾ ਹੈ ਨਾ ਉਹਦਾ ਪ੍ਰਭਾਵ ਉਲਟ ਪਿਆ ਕਿਤੇ ਨਾ ਕਿਤੇ ਉਹਨੂੰ ਪਬਲਿਕ ਸਿਟੀ ਮਿਲੀ ਆ ਉਹਨੂੰ ਉਹਨੇ ਇਹ ਸਾਬਿਤ ਕਰਤਾ ਵੀ ਜਿਹੜੇ ਜੱਟ ਭਰਾ ਨੇ ਤੁਹਾਡੇ ਜੱਟ ਭਰਾ ਪਿੰਡਾਂ 'ਚ ਉਹਨੇ ਗੱਲ ਪਹੁੰਚਾਈ ਆ ਵੀ ਜਿਹੜੇ ਜੱਟ ਭਰਾ ਨੇ ਮੈਂ ਗਰੀਬਾਂ ਦਾ ਭਲਾ ਕਰਨਾ ਚਾਹੁੰਦਾ ਇਹ ਮੈਨੂੰ ਪਿੰਡਾਂ 'ਚ ਨਹੀਂ ਆਉਣ ਦਿੰਦੇ ਅਤੇ ਬਾਈ ਜੇ ਗਰੀਬਾਂ ਦਾ ਪੁੱਛਣ ਵਾਲਾ ਹੋਵੇ ਤੁਸੀਂ ਭਲਾ ਹੀ ਕਰਨਾ ਸੀ ਤੁਹਾਡੀ ਯਾਰ 10 ਸਾਲ ਸਰਕਾਰ ਲਗਾਤਾਰ ਹੈ 10 ਸਾਲ ਲਗਾਤਾਰ ਰਹੀ ਹੈ ਤੁਸੀਂ ਕਿਹੜੇ ਭਲਾ ਕਰਤਾ ਸਿਲੰਡਰ ਸੀ ਜਿਹੜਾ 475 ਰੁਪਈਆ ਦਾ ਸੀ ਬਾਈ ਹੈ 1100 ਤੋਂ ਮੁੜਿਆ ਕਿਹੜੇ ਗੱਲ ਕਰਦੇ ਆ ਗੱਲ ਤਾਂ ਇਹ ਵੀ ਇੱਕ ਕਨਸੈਪਟ ਸੀਗਾ ਜਿਹੜਾ ਮੇਨ ਲੈ ਕੇ ਚੱਲੇ ਨੇ ਉਹ ਜਾਤੀ ਆਧਾਰਿਤ ਲੈ ਕੇ ਚੱਲੇ ਨੇ ਬਾਈ ਪੰਜਾਬ ਦੇ ਵਿੱਚ ਗੱਲ ਕਰ ਲਈਏ ਤਾਂ ਹੰਸ ਜਾਤੀ 'ਤੇ ਉਹਨਾਂ ਨੇ ਸਾਰਾ ਗੇੜਾ ਖੇਡਿਆ ਉਹ ਲਗਾਤਾਰ ਉਹਨਾਂ ਨੇ ਜਰਨਲ ਵੋਟ ਦੀ ਤਾਂ ਗੱਲ ਹੀ ਨਹੀਂ ਕੀਤੀ ਬਾਈ ਉਹਨਾਂ ਨੇ ਗੱਲ ਕੀਤੀ ਆ ਐਸ ਸੀ ਵੋਟ ਦੀ ਵੀ ਜੇ ਉਹ ਆਪਣੇ ਕੱਲੀ ਆ ਗਿਆ ਤਾਂ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਪੁਆਇੰਟ ਇਹ ਵੀ ਆ ਹੰਸਰਾਜ ਨੂੰ ਕਿਤੇ ਖੋਰਾ ਨਹੀਂ ਲੱਗ ਰਿਹਾ ਨਾ ਬਾਈ ਜਿਹੜੀ ਸ਼ਹਿਰਾਂ ਤੋਂ ਵੋਟ ਪੈਣੀ ਹੈ ਉਹ ਤਾਂ ਉਹਨਾਂ ਨੂੰ ਪੈ ਜਾਣੀ ਹੈ ਪਿੰਡਾਂ ਵਾਲਾ ਉਹਨਾਂ ਵਾਸਤੇ ਪਲੱਸ ਪੁਆਇੰਟ ਹੈ ਹਾਂ ਚਲੋ ਧੰਨਵਾਦ ਬਾਈ ਠੀਕ ਆ ਬਾਈ ਧੰਨਵਾਦ